ਮਹਿਰ ਤੇ ਹੋਣ ਜਿਹੜੀ ਇਹ ਲੇਬਰ ਹੈ ਤੇ ਇਹਦੇ ਵਿੱਚ 8 ਦੋਸਤ ਕੰਮ ਕਰਦੇ ਪੈਣ ਤੇ ਲੇਬਰ ਦਾ ਜਿਹੜਾ ਸੈਟਅਪ ਹੈ ਉਹ ਇੱਕ ਮੇੜ ਤੇ ਅਸਲਾਮ ਅਲੈਕੁਮ ਤੁਸੀਂ ਦੇ ਪਏ ਵੇ ਯੂਟਿਊਬ ਚੈਨਲ ਸਰੈਕੀ ਵਲੌਗ 4 ਕੇ ਤੇ ਮੈਂ ਹਾਂ ਨਜਫ ਅਲੀ ਉਮੀਦ ਹੈ ਜਿਤਨੇ ਦੋਸਤ ਮੇਰੀ ਅੱਜ ਦੀ ਵੀਡੀਓ ਦੇਖੇ ਪੈਣ ਸਾਰੇ ਦੋਸਤ ਖਰੀਅਤ ਨਾਲ ਹੋਸਨ ਤੇ ਅੱਜ ਦਾ ਸਕਰੇ ਨੇ ਮਜ਼ੇਦਾਰ ਜਿਹਾ ਵਲੌਗ ਸ਼ੁਰੂ ਤੇ ਇੱਕ ਮਜ਼ੇਦਾਰ ਜਿਹਾ ਸ਼ੇਅਰ ਤੋਂ ਕਿ ਅੱਖ ਭੜਕੇ ਪਈ ਭੜਕੇ ਹਾਂ ਭੜਕੇ ਨਾ ਹੰਝ ਨਹੀਂ ਆਉਂਦੀ ਜੇ ਹਿਜਰ ਫਿਰਾਦ ਦੀ ਸੀਨੇ ਵਿੱਚ ਭਾ ਭੜਕੇ ਨਾ ਹੰਝ ਨਹੀਂ ਆਉਂਦੀ ਤੇ ਜੇ ਦੁੱਖ ਦੀ ਤਾਰ ਚਵਾਏ ਪਾਸੋਂ ਜੇ ਖੜਕੇ ਨਾ ਹੰਝ ਨਹੀਂ ਆਉਂਦੀ ਹੰਝ ਸ਼ਾਕਿਰ ਅਰਕ ਲਹੂ ਦਹੇ ਲਹੂ ਬੜਕੇ ਨਾ ਹੰਝ ਨਹੀਂ ਆਉਂਦੀ ਵੀਵਰ ਅਸਾਂ ਆਏ ਵਧਿਆਸੇ ਕੱਚੇ ਤਾਂ ਇਹ ਜਿਹੜਾ ਕੱਚੇ ਦੇ ਇਲਾਕੇ ਇਹਦੇ ਵਿੱਚ ਸਾਡੇ ਰਿਸ਼ਤੇਦਾਰੀ ਹੈ ਅਤੇ ਢੇਰ ਸਾਰੇ ਰਿਸ਼ਤੇਦਾਰ ਕੁਰਬਤਾਂ ਸਾਡੀਆਂ ਇੱਥੇ ਹੈ ਨੂੰ ਪਈਆਂ ਤਾਂ ਕੱਚੇ ਦੇ ਜਿਹੜੇ ਇਲਾਕੇ ਉਹ ਥਲ ਦੀ ਨਿਸਬਤ ਬਹੁਤ ਡਿਫਰੈਂਟ ਹੈ ਵੈਸੇ ਤਾਂ ਹਰ 20 ਮੁਰੱਬੇ ਬਾਅਦ ਜਿਹੜੀ ਜਹਾ ਹੈ ਨਾ ਉਹ ਤਬਦੀਲ ਥੀ ਵੈਂਦੀ ਖਿੱਤਾ ਤਬਦੀਲ ਥੀ ਵੈਂਦਾ ਲੇਕਿਨ ਜਿਹੜੇ ਕੱਚੇ ਦੇ ਇਲਾਕੇ ਸਾਡੇ ਥਲ ਕੋਲ ਤਾਂ ਇਹਦੇ 'ਚ ਜ਼ਮੀਨ ਅਸਮਾਨ ਦਾ ਸਾਖ ਹੁਣ ਫਰਕ ਹੈ ਤਾਂ ਫਰਕ ਹੈ ਇੱਥੋਂ ਦੇ ਰਕਬੇ ਜਿਹੜੇ ਬਹੁਤ ਜ਼ਰਖੇਜ਼ ਹਨ ਪਏ ਅਤੇ ਇੱਥੇ ਇਹ ਟਾਈਮ ਜਿਹੜੀ ਹੈ ਚਾਵਲ ਦੀ ਕਾਸ਼ਤ ਸ਼ੁਰੂ ਹੋਏ ਪਈ ਤਾਂ ਇਹ ਜਿਹੜੇ ਦੋਸਤ ਹਨ ਇਹ ਲੇਬਰ ਦੇ ਹਨ ਅਤੇ ਇਹ ਸਾਰੇ ਚਾਵਲ ਦੀ ਪਨੀਰੀ ਪੱਕ ਕਰੇ ਪਏ ਕਿਉਂਕਿ ਚਾਵਲ ਦੀ ਜਿਹੜੀ ਪਨੀਰੀ ਲੱਗਦੀ ਹੈ ਮਤਲਬ ਉਹਦਾ ਬੂਟਾ ਲੱਗਦਾ ਤਾਂ ਇਹ ਜਿਹੜੀ ਹੈ ਸਾਹਮਣੇ ਪਨੀਰੀ ਹੈ ਇਹ ਸਾਰੇ ਦੋਸਤ ਜਿਹੜੇ ਹਨ ਇਹ ਪਨੀਰੀ ਪੱਟਿਆਂ ਦੇ ਪੈਣ ਚਾਲ ਨਾਦਰ ਖੈਰ ਠੀਕ ਹੈ ਇਹ ਚੋਖੀ ਪਨੀਰੀ ਹੈ 5 ਕਿਲਾਂ ਦੀ ਹੈ ਅੱਛਾ 5 ਕਿਲਾਂ ਦੀ ਪਨੀਰੀ ਹੈ ਤੇ ਹੁਣ ਕਿਵੇਂ ਲੈਂਦੇ ਵਦੇ ਕਿਲਾ ਤੁਸੀਂ ਹੈ 8000 ਤੋਂ ਕਿਲਾ ਕਿੰਨੇ ਕਿਲੇ ਲਾਵਾਂ ਦੇ ਵਿੱਚ ਹਾਰ 2 ਕਿਲੇ ਕਿੰਨੇ ਬੰਦੇ ਵੇ 8 ਬੰਦੇ 2 ਕਿਲੇ ਲਾਵਾਂ ਦੇ 8 ਦੋਨੇ 16 ਬੜੇ ਪੈਸੇ ਕਮਾਉਂਦੇ ਪਏ 2000 ਦਿਹਾੜੀ ਹੈ ਹਾਂ ਭਾਈ ਵਾਹ ਤਾਂ ਇਹ ਜਿਹੜੇ ਲੇਬਰ ਦੇ ਸਾਰੇ ਦੋਸਤ ਤਾਂ ਇਹ ਚਾਵਲ ਲਾਉਣਾ ਬਹੁਤ ਔਖਾ ਕੰਮ ਹੈ ਯਾਰ ਤੇ ਇੱਕ ਦਫਾ ਮੈਂ ਕੋਈ ਸਖਤੀ ਬੱਧਾ ਮੈਂ ਇਹ ਚਾਵਲ ਲਾਉਣ ਗਿਆ ਬਲਾ ਮੈਂ ਕਹਾਂ ਗਿਆ ਚਾਵਲ ਲਾਉਣ ਇਵੇਂ ਨਹੀਂ ਇਹ ਜਿਹੜੇ ਛੋਟੇ ਛੋਰ ਇਹਨਾਂ ਦੇ ਚੇਲਾ ਛੇਲਾ ਕੰਮ ਕਰਨ ਤੇ ਰਾਣਾ ਸਾਹਿਬ ਜੀ ਬੈਠਣ ਇਹਨਾਂ ਦੇ ਚੇਲਾ ਤਾਂ ਪਹਿਲੇ ਜਵਾਬ ਦੇ ਗਏ ਸੀ ਕੁਚੇਲੀ 6 ਤਾਕਤ ਨੂੰ ਲਾ ਗਿੰਦੇ ਨਾ ਨਾ ਹੁਣ ਕਿਸੇ ਬਚਬਾ ਹੁਣ ਤਾਂ ਮੈਂ ਧੱਕੇ ਛਾਈ ਅੱਛਾ ਹੁਣ ਧੱਕੇ ਨਾਲ ਰਿੜਦੇ ਰਹੋ ਨਾ ਇਹ ਵਧੀ ਗੱਲ ਹੈ ਰਿੜਦੇ ਹਾਂ ਇਹ ਰਿੜਦੇ ਰਹੋ ਵਧੀ ਗੱਲ ਹੈ ਉਹ ਟੇਕਾਂ ਨਾਲ ਕੰਮ ਹੁੰਦੇ ਕਰਨ ਟੇਕਾਂ ਦਾ ਕੰਮ ਹੈ ਚਸ ਕਾਈ ਨਹੀਂ ਮਿਠਾਈ ਕਿਨਾਰੇ ਕਹੇ ਸਹੀ ਉਹ ਜ਼ਿੰਦਾਬਾਦ ਇਹ ਨਾਲ ਦਣ ਦਣ ਸਾਕੂ ਦਿਓ ਚ ਅਸਾਂ ਨਿਕਲ ਵੇ ਸਪਰੇ ਵੰਦੇ ਪਏ ਤਮਾੜੇ ਇਹ ਜੇ ਲੇਬਰ ਇਸ ਵੀਵਰ ਇਹ ਕਿਤੇ ਦਿਨ ਖਾਵਣ ਦੀ ਸ਼ਾਇ ਮਿਠਾਈ ਕਿਨਾਰੇ ਤੇ ਇਹ ਅਸਾਂ ਕੋ ਸਾਕੂ ਦਿਓ ਚ ਅਸਾਂ ਨਿਕਲ ਵਣੂ ਤੇ ਵੱਲ ਜਿਹੜਾ ਉਸ ਨਿਜ਼ਾਮ ਚੱਲ ਸੀ ਪਿਆ ਮਰੇ ਯਾਰ ਸੈਫੁਲਾ ਕੋ ਦਿਓ ਚ ਸੈਫੁਲਾ ਨਹੀਂ ਖਾਂਦਾ ਮੈਂ ਦੇ ਦਵਾਂ ਮਿੱਠਾ ਨਹੀਂ ਖਾਂਦਾ ਹੈ ਮਿੱਠਾ ਨਹੀਂ ਖਾਂਦਾ ਮਿੱਠੇ ਤੋਂ ਵੱਡਾ ਪਰਹੇਜ਼ ਕੀਤੀ ਪਿਆ ਅੱਜਕੱਲ ਮਿੱਠਾ ਖਾ ਖਾ ਤਈ ਹਾਲ ਤੇ ਅੱਜਕੱਲ ਇਹ ਮਿੱਠਾ ਕਾਣੀ ਪਿਆ ਖਾਂਦਾ ਅੱਛਾ ਮਿੱਠਾ ਤਾਂ ਇੱਕ ਵਾਰ ਪਰਹੇਜ਼ ਪਿਆ ਕਰਦੇ ਜੋ ਖੜੜਾ ਤੋਂ ਰਾਤੀ ਠਾਏ ਵੰਦੇ ਅੱਛਾ ਅੱਛਾ ਹਾਂ ਇਹ ਗੱਲ ਹੈ ਮਿੱਠਾ ਨਹੀਂ ਖਾਂਦਾ ਜਿਹੜੀ ਸਾਹਮਣੇ ਫਸਲ ਨਜ਼ਰ ਆਂਦੀ ਏ ਇਹ ਚਾਵਲਾਂ ਦੀ ਪਨੀਰੀ ਤਾਂ ਜਿਹੜੇ ਦੋਸਤ ਜਾਂ ਜਿਹੜੇ ਮਾਲਕ ਜਾਂ ਜਿਹੜੇ ਲੇਬਰ ਦੇ ਬੋ ਕੰਮ ਕਰਨ ਉਹ ਇਹ ਚੀਜ਼ ਦੇ ਮਹਿਰ ਹਨ ਕਿ ਕੋ ਜੜ ਸਮਾਇਤ ਪਟੇਂਦੇ ਮਤਲਬ ਇੱਕ ਇੱਕ ਦਾਣਾ ਖੇਤ ਵਿੱਚ ਵੰਜ ਕੇ ਲੈਣ ਤੇ ਇਹ ਚਾਵਲ ਦੀ ਫਸਲ ਤਿਆਰ ਥੀ ਵੈਂਦੀ ਏ ਹਾਲਾਂਕਿ ਇਹ ਬਹੁਤ ਮੁਸ਼ਕਿਲ ਅਮਲ ਹੈ ਲੇਕਿਨ ਜਿਹੜੇ ਲੋਕ ਕਰਦਨ ਉਹ ਇਹ ਚੀਜ਼ ਦੇ ਮਹਿਰ ਤੇ ਹੀ ਹੋਣਨ ਜਿਹੜੀ ਇਹ ਲੇਬਰ ਹੈ ਤੇ ਇਹਦੇ ਵਿੱਚ 8 ਦੋਸਤ ਕੰਮ ਕਰਦੇ ਪੈਣ ਤੇ ਇਹ ਲੇਬਰ ਦਾ ਜਿਹੜਾ ਸੈਟਅਪ ਹੈ ਉਹ ਇੱਕ ਮੇੜ ਤੇ ਮੁੰਤਖਬ ਹੁੰਦਾ ਹੈ ਜਿਹੜਾ ਸਾਰਾ ਨਿਜ਼ਾਮ ਦੇਦ ਹੈ ਤੇ ਇਹ ਲੇਬਰ ਨੂੰ ਸੰਭਲਿੰਦਾ ਹੈ ਜਿਹੜੇ ਇਹ ਹਿੰਨ ਪਏ ਇਹਦੇ ਮੇਟ ਹਿੰਨ ਪਏ ਤਾਂ ਵੀਰ ਜਿਹੜੇ ਸਾਹਮਣੇ ਖੇਤ ਹੈ ਇਹ ਚਾਵਲਾਂ ਦੀ ਜ਼ਮੀਨ ਬਿਲਕੁਲ ਤਿਆਰ ਹੈ ਪਈ ਤੇ ਇਕੂ ਇਹ ਜ਼ਬਾਨ ਚ ਅਧਨ ਵੀ ਕੱਦੂ ਥਿਆ ਖੜੇ ਮਤਲਬ ਇਹਦੇ ਚ ਪਾਣੀ ਛੋੜ ਕੇ ਟਰੈਕਟਰ ਚਲੇ ਨੇ ਤੇ ਵਾਲੀ ਕੋ ਅਧਨ ਵੀ ਕੱਦੂ ਥੀ ਚੁੱਕਾ ਹੈ ਤੇ ਇਹ ਕੱਦੂ ਥਿਆ ਖੜਾ ਹੈ ਤੇ ਜਿਹੜੀ ਲੇਬਰ ਸਾਹਮਣੇ ਕਟੇਂਦੀ ਬੈਠੀ ਹੈ ਉਹ ਇਹਦੇ ਚ ਚਾਵਲ ਲੈ ਸੀ ਤੇ ਅਧਨ ਪੈਸਾ 1 ਕਿਲੋ ਦਾ 8000 ਰੁਪਏ ਗਿੰਦੇ ਹੈ ਮਜ਼ਦੂਰੀ ਦੇ ਤੌਰ ਤੇ 8 ਲੋਗ 2 ਕਿਲੋ ਜਿਹਾ ਹਾਰ ਲਾਵੇ ਨੇ